ਤਰਸੇਮ ਜੱਸੜ ਨੇ ਆਪਣੇ ਗਾਣੇ 'ਚ ਠੋਕੇ ਮਸ਼ਹੂਰ ਸਮਾਜ ਸੇਵੀ, ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ, ਕਿਹਾ ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਬਸ ਸਿਫਤਾਂ ਲਈ। ਤਰਸੇਮ ਜੱਸੜ ਦੀ ਨਵੀਂ ਐਲਬਮ ਦਾ ਗਾਣਾ ਨਿਊ ਆਰਡਰ, ਜੋ ਕਿ ਥੋੜ੍ਹੇ ਦਿਨ ਪਹਿਲਾਂ ਰਿਲੀਜ਼ ਹੋਇਆ ਹੈ, ਅਤੇ ਇਸ ਗਾਣੇ ਦੇ ਵਿੱਚ ਬਹੁਤ ਸਾਰੇ ਮੁੱਦੇ ਤਰਸੇਮ ਜੱਸੜ ਨੇ ਛੇੜੇ। ਉਸ ਦੇ ਵਿੱਚ ਹੀ ਮਸ਼ਹੂਰ ਸਮਾਜ ਸੇਵੀ ਜੋ ਕਿ ਸਿਰਫ ਟਿਕਟਾਂ ਲਈ ਫੇਮ ਦੇ ਲਈ ਕੰਮ ਕਰ ਰਹੇ ਨੇ, ਉਹਨਾਂ 'ਤੇ ਨਿਸ਼ਾਨਾ ਸਾਧਿਆ। ਜੱਸੜ ਦੇ ਇਸ ਗਾਣੇ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਰੀ ਜਾਂਦੇ ਕੌਮਾਂ ਕਈ ਆਪਣੇ ਹੀ ਲਾਲਚਾਂ ਨੂੰ, ਪੈਸੇ ਨਾਲੇ ਨੰਬਰ ਏਜੰਸੀ ਦੀਆਂ ਪਾਲਛਾਂ ਨੂੰ, ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਬਸ ਸਿਫਤਾਂ ਲਈ। ਤਰਸੇਮ ਜੱਸੜ ਨੇ ਕਿਸੇ ਸਮਾਜ ਸੇਵੀ ਦਾ ਨਾਂ ਤਾਂ ਨਹੀਂ ਲਿਆ, ਪਰ ਸਮਾਜ ਸੇਵੀ ਨਾਮ ਦਾ ਜ਼ਿਕਰ ਜ਼ਰੂਰ ਕੀਤਾ ਹੈ। ਕੌਣ ਹੈ ਉਹ ਸਮਾਜ ਸੇਵੀ ਜੋ ਟਿਕਟਾਂ ਲਈ ਫੇਮ ਲਈ ਕੰਮ ਕਰ ਰਹੇ ਨੇ? ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਤਰਸੇਮ ਜੱਸੜ ਨੇ ਆਪਣੇ ਗਾਣੇ 'ਚ ਠੋਕੇ ਮਸ਼ਹੂਰ ਸਮਾਜ ਸੇਵੀ, ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ, ਕਿਹਾ ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਬਸ ਸਿਫਤਾਂ ਲਈ। ਤਰਸੇਮ ਜੱਸੜ ਦੀ ਨਵੀਂ ਐਲਬਮ ਦਾ ਗਾਣਾ ਨਿਊ ਆਰਡਰ, ਜੋ ਕਿ ਥੋੜ੍ਹੇ ਦਿਨ ਪਹਿਲਾਂ ਰਿਲੀਜ਼ ਹੋਇਆ ਹੈ, ਅਤੇ ਇਸ ਗਾਣੇ ਦੇ ਵਿੱਚ ਬਹੁਤ ਸਾਰੇ ਮੁੱਦੇ ਤਰਸੇਮ ਜੱਸੜ ਨੇ ਛੇੜੇ। ਉਸ ਦੇ ਵਿੱਚ ਹੀ ਮਸ਼ਹੂਰ ਸਮਾਜ ਸੇਵੀ ਜੋ ਕਿ ਸਿਰਫ ਟਿਕਟਾਂ ਲਈ ਫੇਮ ਦੇ ਲਈ ਕੰਮ ਕਰ ਰਹੇ ਨੇ, ਉਹਨਾਂ 'ਤੇ ਨਿਸ਼ਾਨਾ ਸਾਧਿਆ। ਜੱਸੜ ਦੇ ਇਸ ਗਾਣੇ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਰੀ ਜਾਂਦੇ ਕੌਮਾਂ ਕਈ ਆਪਣੇ ਹੀ ਲਾਲਚਾਂ ਨੂੰ, ਪੈਸੇ ਨਾਲੇ ਨੰਬਰ ਏਜੰਸੀ ਦੀਆਂ ਪਾਲਛਾਂ ਨੂੰ, ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਬਸ ਸਿਫਤਾਂ ਲਈ। ਤਰਸੇਮ ਜੱਸੜ ਨੇ ਕਿਸੇ ਸਮਾਜ ਸੇਵੀ ਦਾ ਨਾਂ ਤਾਂ ਨਹੀਂ ਲਿਆ, ਪਰ ਸਮਾਜ ਸੇਵੀ ਨਾਮ ਦਾ ਜ਼ਿਕਰ ਜ਼ਰੂਰ ਕੀਤਾ ਹੈ। ਕੌਣ ਹੈ ਉਹ ਸਮਾਜ ਸੇਵੀ ਜੋ ਟਿਕਟਾਂ ਲਈ ਫੇਮ ਲਈ ਕੰਮ ਕਰ ਰਹੇ ਨੇ? ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਤਰਸੇਮ ਜੱਸੜ ਨੇ ਆਪਣੇ ਗਾਣੇ 'ਚ ਠੋਕੇ ਮਸ਼ਹੂਰ ਸਮਾਜ ਸੇਵੀ, ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ, ਕਿਹਾ ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਬਸ ਸਿਫਤਾਂ ਲਈ। ਤਰਸੇਮ ਜੱਸੜ ਦੀ ਨਵੀਂ ਐਲਬਮ ਦਾ ਗਾਣਾ ਨਿਊ ਆਰਡਰ, ਜੋ ਕਿ ਥੋੜ੍ਹੇ ਦਿਨ ਪਹਿਲਾਂ ਰਿਲੀਜ਼ ਹੋਇਆ ਹੈ, ਅਤੇ ਇਸ ਗਾਣੇ ਦੇ ਵਿੱਚ ਬਹੁਤ ਸਾਰੇ ਮੁੱਦੇ ਤਰਸੇਮ ਜੱਸੜ ਨੇ ਛੇੜੇ। ਉਸ ਦੇ ਵਿੱਚ ਹੀ ਮਸ਼ਹੂਰ ਸਮਾਜ ਸੇਵੀ ਜੋ ਕਿ ਸਿਰਫ ਟਿਕਟਾਂ ਲਈ ਫੇਮ ਦੇ ਲਈ ਕੰਮ ਕਰ ਰਹੇ ਨੇ, ਉਹਨਾਂ 'ਤੇ ਨਿਸ਼ਾਨਾ ਸਾਧਿਆ। ਜੱਸੜ ਦੇ ਇਸ ਗਾਣੇ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਰੀ ਜਾਂਦੇ ਕੌਮਾਂ ਕਈ ਆਪਣੇ ਹੀ ਲਾਲਚਾਂ ਨੂੰ, ਪੈਸੇ ਨਾਲੇ ਨੰਬਰ ਏਜੰਸੀ ਦੀਆਂ ਪਾਲਛਾਂ ਨੂੰ, ਕਈ ਬਣਦੇ ਸਮਾਜ ਸੇਵੀ ਟਿਕਟਾਂ ਲਈ ਫੇਮ ਦੇ ਲਈ ਬਸ ਸਿਫਤਾਂ ਲਈ। ਤਰਸੇਮ ਜੱਸੜ ਨੇ ਕਿਸੇ ਸਮਾਜ ਸੇਵੀ ਦਾ ਨਾਂ ਤਾਂ ਨਹੀਂ ਲਿਆ, ਪਰ ਸਮਾਜ ਸੇਵੀ ਨਾਮ ਦਾ ਜ਼ਿਕਰ ਜ਼ਰੂਰ ਕੀਤਾ ਹੈ। ਕੌਣ ਹੈ ਉਹ ਸਮਾਜ ਸੇਵੀ ਜੋ ਟਿਕਟਾਂ ਲਈ ਫੇਮ ਲਈ ਕੰਮ ਕਰ ਰਹੇ ਨੇ? ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ।